ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਬਾਬਾ ਜੀ, ਮੈਂ ਨਾ ਤੁਹਾਡੇ ਵਿਚਾਰ ਸੁਣੇ ਸੀ KTV ਚੈਨਲ ਦੀ ਜਿਹੜੀ ਇੰਟਰਵਿਊ ਸੀ ਉਹਦੇ ਤੇ। ਹੈਲੋ। ਹਾਂਜੀ ਹਾਂਜੀ ਹਾਂਜੀ। ਮੈਂ ਕਿਹਾ ਮੈਂ ਤੁਹਾਡੇ ਵਿਚਾਰ ਸੁਣੇ ਸੀ ਤੇ ਤੁਸੀਂ ਇਹ ਕਿਹਾ ਵੀ ਤੁਸੀਂ ਦੇਖਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ। ਭਾਜੀ ਮੈਂ ਇਹੀ ਵੀਡੀਓ ਜਿਹੜੀ ਮੇਰੇ ਤੋਂ ਗਲਤ ਸਵਾਲ ਤੇ ਸਵਾਲ ਨਹੀਂ ਹੋਈ ਇਹਨਾਂ ਨੇ ਪਾਉਣ ਲੱਗੇ ਨਹੀਂ ਰੁਕਦੇ ਮਾਜਾ। ਮੇਰੀ ਗੱਲ ਸੁਣੋ, ਮੇਰੇ ਆ ਨੰਬਰ ਤੇ WhatsApp ਚੱਲਦਾ ਆ ਤੇ ਜਿਹੜੀ ਤੁਸੀਂ ਵੀਡੀਓ ਬਣਾ ਕੇ ਮਾਫੀ ਮੰਗੋਗੇ ਉਹ ਪਾ ਦਿਓ ਤੇ ਨਹੀਂ ਤੇ ਅਸੀਂ ਤੁਹਾਡੇ ਕੋਲੇ ਪਹੁੰਚ ਕਰ ਰਹੇ ਆ, ਠੀਕ ਹੈ? ਕੱਲ ਤੱਕ ਵੱਡੇ ਵੱਡੇ ਭਾਈ ਮੇਰੀ ਗੱਲ ਹੁਣ ਕੁਲਦੀਪ ਸਿੰਘ ਹੋਣੀ ਨੇ ਸਾਡੇ ਖਾਲਸਤਾਨ ਦੀ ਇੱਥੇ ਜੀ ਹੈ ਨਾ, ਮੈਂ 2 ਘੰਟੇ ਤੱਕ ਉਹਨਾਂ ਨਾਲ ਵੀ ਵੀਡੀਓ ਪਾ ਰਿਹਾ, ਉਹਨਾਂ ਉਹ ਮੈਨੂੰ ਬੁਲਾ ਰਹੇ ਉਹਨਾਂ ਕੋਲ ਜਾ ਰਿਹਾ ਮੈਂ, ਠੀਕ ਹੈ ਨਾ। ਮੇਰੀ ਗੱਲ ਸੁਣੋ, ਮੇਰਾ ਵੀਰ ਮੇਰੇ ਕੋਲੇ WhatsApp ਤੇ ਵੀਡੀਓ ਆ ਜਾਣੀ ਚਾਹੀਦੀ, ਮੈਂ ਤੁਹਾਨੂੰ ਇਹ ਗੱਲ ਕਹਿੰਦਾ ਵਾ ਤੇ ਨਹੀਂ ਤੇ ਅਸੀਂ ਤੁਹਾਡੇ ਕੋਲੇ ਆ ਕੇ ਆ ਜਾਾਂਗੇ ਤੇ ਇੱਥੇ ਆ ਕੇ ਬਣਵਾ ਲਾਂਗੇ। ਮੈਂ ਪਾਉਂਗਾ ਜੀ, ਮੈਂ ਪਾਉਂਗਾ ਤੁਹਾਨੂੰ ਵੀਡੀਓ ਪਾਉਂਗਾ, ਮੇਰੇ ਆ WhatsApp ਨੰਬਰ ਤੇ ਆ ਪਾ ਦਿਓ, ਠੀਕ ਹੈ? ਓਕੇ। ਮੈਂ ਕਿਹਾ ਨਹੀਂ ਤੇ WhatsApp ਨੰਬਰ ਤੁਹਾਡੇ ਮੈਸੇਜ ਕਰ ਦੋ ਭਾਈ, ਮੈਂ ਕਰ ਦੂੰ ਮੈਸੇਜ। ਓਕੇ, ਮੈਂ ਮਾਫ ਕਰ ਦਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਸਿੱਖ ਕੌਮ ਜੋ ਕਿ ਪਿਛਲੇ ਦਿਨੀ 5 ਤਰੀਕ ਨੂੰ ਹਰ ਇੱਕ ਹਿਰਦਾ ਜਿਹੜਾ ਵਲੂੰਦਰਿਆ ਗਿਆ, ਬੜੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ, ਜੋ ਕਿ ਇਹ ਨੌਜਵਾਨ ਲਖਵਿੰਦਰ ਸਿੰਘ ਲੱਕੀ ਜਿਹਦੇ ਵੱਲੋਂ ਇੱਕ ਚੈਨਲ ਦੇ ਉੱਤੇ ਬੜੇ ਹੀ ਰੋਹ ਦੇ ਵਿੱਚ ਆ ਕੇ ਇੱਕ ਗਲਤ ਸਟੇਟਮੈਂਟ ਜਿਹੜੀ ਹੈ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੇ ਖਿਲਾਫ ਦਿੱਤੀ ਗਈ ਸੀ, ਉਹਦੇ 'ਤੇ ਅੱਜ ਜਥੇਬੰਦੀਆਂ ਨੇ, ਸਿੱਖ ਕੌਮ ਦੇ ਸੇਵਾਦਾਰ ਹੋਣ ਦੇ ਨਾਤੇ ਦਾਸ ਨੇ ਅਤੇ ਔਰ ਨਾਲ ਦੇ ਸਾਥੀ ਸਿੰਘਾਂ ਨੇ ਦਿਨੇ ਬੈਠ ਕੇ ਇਹਦੇ ਵਾਸਤੇ ਵਿਚਾਰ ਵਟਾਂਦਰਾ ਕੀਤਾ ਅਤੇ ਭਾਈ ਲਖਵਿੰਦਰ ਸਿੰਘ ਜੋ ਕਿ ਆਪਣੀ ਗਲਤੀ ਦਾ ਅਹਿਸਾਸ ਕਰਦੇ ਹੋਏ ਅਤੇ ਪੰਥ ਦੇ ਸਾਹਮਣੇ ਆਪਣੀ ਜਿਹੜੀ ਉਹ ਗਲਤੀ ਨੂੰ ਮੰਨਦੇ ਹੋਏ ਪੇਸ਼ ਹੋਏ ਨੇ ਅਤੇ ਕੌਮ ਜਿਹੜੀ ਹੈ ਉਹ ਇਹਦੇ ਪ੍ਰਤੀ ਜਿਹੜਾ ਇਹਦੀਆਂ ਭਾਵਨਾਵਾਂ ਨੂੰ ਆਪ ਹੀ ਦੇਖ ਕੇ ਇਹਦੀ ਜੋ ਅੰਦਰ ਦੀ ਭਾਵਨਾ ਮਾਫ਼ੀ ਦੀ ਕਿ ਇਹਨੇ ਗਲਤੀ ਕੀਤੀ ਹੈ ਉਹ ਆਪ ਹੀ ਇਹ ਮਾਫ਼ੀ ਮੰਗਦਾ, ਆਪ ਵਿਚਾਰ ਕਰ ਲੈਣਾ ਜੀ। ਸਮੁੱਚੀ ਸਿੱਖ ਕੌਮ ਨੂੰ ਦਾਸ ਪਹਿਰੇਦਾਰ ਹੋਣ ਦਾ ਨਾਤੇ ਕੌਮ ਦਾ ਅਤੇ ਲਖਵਿੰਦਰ ਸਿੰਘ ਨੂੰ ਆਪ ਜੀ ਦੇ ਸਨਮੁੱਖ ਜਿਹੜੀ ਉਹ ਆਪਣੀ ਭਾਵਨਾ ਦੇ ਨਾਲ ਮਾਫ਼ੀ ਜਿਹੜੀ ਮੰਗਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 5 ਤਰੀਕ ਨੂੰ ਮੇਰੇ ਤੋਂ ਇੱਕ ਬਹੁਤ ਵੱਡੀ ਗਲਤੀ ਹੋਈ, ਜੋ ਕਿ ਮੈਂ ਬੰਦਾ ਸਿੰਘ ਬਹਾਦਰ ਦੇ ਜੋ ਉਹਨਾਂ ਨੇ ਕਿਹਾ ਸੀ ਵੀ ਬੱਚੇ ਦਾ ਜਿਹੜਾ ਦਿਲ ਹੈ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਪਾਇਆ ਸੀਗਾ ਵੀ ਤੂੰ ਉਹਨੂੰ ਮੰਨਦਾ, ਅਤੇ ਉਹ ਮੇਰੇ ਤੋਂ ਗਲਤੀ ਨਾਲ ਇਹ ਗੱਲ ਕਹੀ ਗਈ ਵੀ ਤੁਸੀਂ ਉਹਨੂੰ ਮੰਨਦੇ ਹੋ, ਅਤੇ ਉਹਦੀ ਮੈਂ ਬਹੁਤ ਜ਼ਿਆਦਾ ਸ਼ਰਮਿੰਦਾ ਅਤੇ ਪੂਰੇ ਸਿੱਖ ਕੌਮ ਸਾਰੇ ਸਿੱਖ ਕੌਮ ਤੋਂ ਮੈਂ ਹੱਥ ਜੋੜ ਕੇ ਮਾਫ਼ੀ ਮੰਗਦਾ ਅਤੇ ਅਕਾਲ ਤਖਤ ਸਾਹਿਬ ਅਤੇ ਜਥੇਬੰਦੀਆਂ ਤੋਂ ਹੱਥ ਜੋੜ ਕੇ ਮਾਫ਼ੀ ਮੰਗਦਾ, ਮੈਨੂੰ ਮਾਫ਼ ਕੀਤਾ ਜਾਵੇ, ਅੱਗੇ ਤੋਂ ਮੈਂ ਐਵੇਂ ਦੀ ਕੋਈ ਗਲਤੀ ਨਹੀਂ ਕਰਾਂਗਾ। ਵਾਹਿਗੁਰੂ ਜੀ ਦਾ ਖਾਲਸਾ।